मन जा जा रो जा परा ओ हर जा तेरे मुंह से स्मेल आ रही है ओ परा मर जा यार ब्रश भी कर ले कर कदी तू हट जा सत श्री अकाल जनाब किमे बाबा की चाहिदा जो तुसी दे रहे से ता बिल्कुल नहीं चाहिदा मन जी मैं अंबर दा बापू हां सत श्री अकाल बापू जी सत श्री अकाल आ जाओ आ जाओ आ जाओ बैठो ਐਂ ਦੱਸੋ ਵੀ ਕਿਵੇਂ ਆਣਾ ਹੋਇਆ ਮੈਂ ਵੀ ਸਿੱਧਾ ਹੀ ਹੋ ਜਾਂਦਾ ਸਭ ਤੋਂ ਪਹਿਲਾਂ ਦੱਸੋ ਕੀ ਪੀਓਗੇ ਚਾਹ ਕਾਫੀ ਠੰਡਾ ਬਨਾਨਾ ਸ਼ੇਕ ਨਹੀਂ ਨਹੀਂ ਪੁੱਤ ਕਿਸੇ ਚੀਜ਼ ਦੀ ਲੋੜ ਨਹੀਂ ਲੈ ਐਵੇਂ ਕਿਵੇਂ ਬਸ ਥਾਣੇ ਆਏ ਉਹ ਵੀ ਪਹਿਲੀ ਵਾਰ ਸੁਰਿੰਦਰ ਭਈ ਤੇਜੇ ਨੂੰ ਚਾਰ ਕੱਪ ਚਾਹ ਕਹਿ ਉਹ ਜਾ ਯਾਰ ਗੇਮ ਛੱਡ ਦੇ ਹੋਰ ਦੱਸੋ ਬਾਪੂ ਜੀ ਕਿਵੇਂ ਆਉਣਾ ਹੋਇਆ ਕੋਈ ਕੰਮ ਸੀ ਤਾਂ ਅੰਬਰ ਦੇ ਹੱਥ ਸੁਨੇਹਾ ਭੇਜ ਦਿੰਦੇ ਥਾਣਾ ਆਪ ਚੱਲ ਕੇ ਆ ਜਾਂਦਾ ਤੁਹਾਡੇ ਕੋਲ ਗੱਲ ਦਰਅਸਲ ਅੰਬਰ ਦੀ ਹੋਈ ਹੈ ਕੀ ਹੋਇਆ ਬਾਪੂ ਅੰਬਰ ਨੂੰ ਜੋ ਕੁਝ ਵੀ ਹੋਇਆ ਹੋਊਗਾ ਤੇਰੇ ਕਰਕੇ ਹੀ ਹੋਇਆ ਹੋਣਾ ਕੀ ਮੇਰਾ ਮਤਲਬ ਸੀ ਜੇ SHO ਸਾਹਿਬ ਹੈਗੇ ਐ ਤੇ ਮਿਲਵਾ ਦਿਓ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਦੱਸਦਾ ਹਾਂਜੀ ਹਾਂਜੀ SHO ਸਾਹਿਬ ਇੱਥੇ ਹੈ ਜੀ ਜਾ ਬੁਲਾ ਲਿਆ ਬਈ ਇਹਨਾਂ ਨੂੰ ਜੀ ਜਨਾਬ ਹੋਰ ਦੱਸੋ ਬਾਪੂ ਜੀ ਅੰਬਰ ਦੱਸਦਾ ਸੀ ਕਿ ਪਹਿਲਾਂ ਤੁਹਾਡੀ ਸਿਹਤ ਖਰਾਬ ਹੋ ਗਈ ਸੀ ਜਾਦੇ ਆਹੋ ਪੁੱਤ ਥੋੜਾ ਜਿਹਾ ਟਾਈਫਾਇਡ ਹੋ ਗਿਆ ਸੀ ਬਾਪੂ ਦਵਾਈ ਦਵੂਈ ਖਾ ਲਿਆ ਕਰੋ ਕੋਈ ਗੱਲ ਨਹੀਂ ਆ ਜਾਂਦੇ ਜਨਾਬ ਹੁਣੀ ਇੱਥੇ ਬੈਠੇ ਹੋਣੇ ਤੁਸੀਂ ਹੋਰ ਦੱਸੋ ਹਾਂ ਠੀਕ ਹੈ ਪੁੱਤ ਜਨਾਬ ਆ ਗਏ ਬੈਠੋ 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 ਤੁਹਾਡੇ ਆਪਣਾ ਘਰ ਦਾ ਠਾਣਾ ਵਾ ਹੋਰ ਸੁਣਾਓ ਜੀ ਕੋਈ ਤੰਗ ਤੁੰਗ ਤੇ ਨਹੀਂ ਕਰਦਾ ਨਹੀਂ ਤਾਂ ਕਰਦੀ ਏ ਮਾਲਿਸ਼ ਉਹਦੀ ਤੰਗ ਤਾਂ ਜੀ ਕਰਦਾ ਹਾਂਜੀ ਪਰ ਮਾਲਿਸ਼ ਦੀ ਲੋੜ ਨਹੀਂ ਉਹਨੂੰ ਥੋੜੀ ਜਿਹੀ ਟ੍ਰੇਨਿੰਗ ਦੀ ਲੋੜ ਹੈ ਟ੍ਰੇਨਿੰਗ ਦੀ ਮੈਂ ਸਮਝਿਆ ਨਹੀਂ ਦਰਅਸਲ ਅੰਬਰ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਫਿਰ ਤੇ ਵਧੀਆ ਗੱਲ ਗੱਲ ਤਾਂ ਵਧੀਆ ਜੀ ਪਰ 8 ਰਿਸ਼ਤੇ ਵਾਲੇ ਅੰਬਰ ਦੇ ਵਿਆਹ ਨੂੰ ਨਾ ਕਰ ਗਏ ਨਾ ਕਰ ਗਏ ਇੰਨਾ ਚੰਗਾ ਮੁੰਡਾ ਵਾ ਪੁਲਿਸ ਚ ਉਤੋਂ ਫਿਰ ਕਿਉਂ ਨਾ ਕਰ ਗਏ ਜਨਾਬ ਮੇਰੇ ਸਹੁਰੇ ਮੇਰੇ ਮਗਰ ਇੰਜ ਪਏ ਸੀ ਰਿਸ਼ਤੇ ਲਈ ਜਿਵੇਂ ਕੁਕੜੀ ਸੀਣ ਨੂੰ ਪੈਂਦੀ ਖੈਰ ਛੱਡੋ ਦਿੱਕਤ ਕਿੱਥੇ ਅੰਬਰ ਦੇ ਰਿਸ਼ਤੇ ਚ ਦਿੱਕਤ ਹੈ ਜੀ ਉਹਦੀ ਇਮਾਨਦਾਰੀ ਚ ਜਿਹੜਾ ਵੀ ਰਿਸ਼ਤੇ ਵਾਲਾ ਆਉਂਦਾ ਇਹੀ ਸੋਚ ਕੇ ਆਉਂਦਾ ਕਿ ਮੁੰਡਾ ਪੁਲਿਸ ਚ ਹੈ ਮੋਟੀ ਕਮਾਈ ਕਰਦਾ ਹੋਊ ਪਰ ਇਹ ਤਾਂ ਵਿਚਾਰਾ ਆਟੋ ਵਾਸਤੇ ਵੀ ਟੁੱਟੇ ਪੈਸੇ ਘਰੋਂ ਲੈ ਕੇ ਆਉਂਦਾ ਕਿਤੇ ਆਟੋ ਵਾਲਾ ਫਰੀ ਦਾ ਗਾਹਕ ਸਮਝ ਕੇ ਇਨਕਾਰ ਨਾ ਕਰ ਦੇਵੇ ਇਹ ਅੰਬਰ ਚ ਇਮਾਨਦਾਰੀ ਦਾ ਤਾਂ ਕੀੜਾ ਹੈਗਾ ਕਿਉਂ ਜੀ ਹੈਗਾ ਹੈਗਾ ਜੀ ਬਿਲਕੁਲ ਹੈਗਾ ਸੋਚ ਸੋਚ ਕੇ ਤਾਂ ਉਹਦੀ ਬੇਬੇ ਝੂਰਦੀ ਰਹਿੰਦੀ ਹੈ ਕਿ ਪਤਾ ਨਹੀਂ ਪੋਤੇ ਪੋਤੀ ਨੂੰ ਗੋਦੀ ਵਿੱਚ ਖਿਡਾਉਣਾ ਵੀ ਆ ਕਿ ਨਹੀਂ ਉਹ ਕੋਈ ਗੱਲ ਨਹੀਂ ਆ ਜੀ ਬੇਬੇ ਨੂੰ ਕਹੋ ਤੁਸੀਂ ਦਿਲ ਨਾ ਹੌਲਾ ਕਰੇ ਸਾਡੇ ਡਿਪਾਰਟਮੈਂਟ 'ਚ ਜਦੋਂ ਵੀ ਆਉਂਦਾ ਨਾ ਕੋਈ ਪਹਿਲਾਂ ਸ਼ੁਰੂ ਸ਼ੁਰੂ ਸਿੰਘਮ ਬਣ ਕੇ ਆਉਂਦਾ ਮੈਂ ਆਹ ਕਰ ਦੂੰ ਉਹ ਕਰ ਦੂੰ ਆਹ ਕਰ ਦੂੰ ਫਿਰ ਹੌਲੀ ਹੌਲੀ ਸਾਡੇ ਵਰਗਾ ਹੋ ਜਾਂਦਾ ਫਿਕਰ ਨਾ ਕਰੋ ਮੈਨੂੰ ਨਹੀਂ ਲੱਗਦਾ ਜੀ ਉਹ ਤੁਹਾਡੇ ਵਰਗਾ ਹੋ ਜਾਵੇ ਮੇਰੀ ਇੱਕ ਬੇਨਤੀ ਆ ਜੀ ਹੁਕਮ ਕਰੋ ਸਾਡੇ ਪਿਓਾਂ ਵਾਂਗੂ ਤੁਸੀਂ ਦੇਖੋ ਜੀ ਅੰਬਰ ਨੂੰ ਨਾ ਫਿਰ ਕੁੜੀ ਵਾਲੇ ਵੇਖਣ ਵਾਸਤੇ ਆ ਰਹੇ ਆ ਮੈਂ ਚਾਹੁੰਦਾ ਕਿ ਤੁਸੀਂ ਉਹਨੂੰ ਥੋੜ੍ਹਾ ਜਿਹਾ ਕੋਈ ਗੁਰ ਸਿਖਾਓ ਤਾਂ ਜੋ ਰਿਸ਼ਤੇ ਵਾਲੇ ਇਨਕਾਰ ਨਾ ਕਰ ਸਕਣ ਮੈਂ ਸਾਡੇ ਹੁੰਦਿਆਂ ਫਿਕਰ ਕਿਉਂ ਕਰਦੇ ਤੁਸੀਂ ਆਰਾਮ ਨਾਲ ਘਰ ਜਾਓ ਮੁੰਸ਼ੀ ਸਾਹਿਬ ਇਹਨਾਂ ਨੂੰ ਛੱਡ ਕੇ ਆਇਓ ਘਰ ਜਾ ਕੇ ਹਲਵਾਈ ਲਾਓ ਅਤੇ ਵਿਆਹ ਦੀਆਂ ਤਿਆਰੀਆਂ ਕਰੋ ਨਜ਼ਾਰੇ ਲਓ ਤੁਸੀਂ ਜਾਓ ਛੱਡ ਕੇ ਆਓ ਫਿਕਰ ਨਾ ਕਰੋ ਤੁਸੀਂ ਸਭ ਸਿਖਾ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੰਗਾ ਜੀ ਤੁਸੀਂ ਅੰਬਰ ਤੋਂ ਥੋੜ੍ਹਾ ਦੂਰ ਹੀ ਰਿਹਾ ਕਰੋ